ਹੈਲੋ ਹਾਂਜੀ ਸਾਰੇ ਫਰੈਂਡ ਨੂੰ ਸਤਿ ਸ਼੍ਰੀ ਅਕਾਲ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਸਾਡੇ ਚੈਨਲ ਮਾਂ ਕਾ ਪਿਆਰ ਔਰ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਕੱਲ੍ਹ ਮੈਂ ਤੁਹਾਨੂੰ ਲਾਈਵ ਦੇ ਵਿੱਚ ਦੱਸਿਆ ਸੀਗਾ ਕਿ ਮੈਂ ਇੱਕ ਅਜਿਹੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਊਂਗੀ ਕਿ ਤੁਹਾਡੀ ਹੈ ਨਾ ਸਕਿੰਨ ਜਿੱਦਾਂ ਕਿ ਆਪਣੀ ਇਸ ਤਰੀਕੇ ਦੇ ਵਿੱਚ ਜੋੜੀਆਂ ਪੈਣ ਲੱਗ ਜਾਂਦੀਆਂ ਨੇ ਹੈ ਨਾ ਸਕਿੰਨ ਦੇ ਉੱਪਰ, ਫੇਸ 'ਤੇ ਜਾਂ ਆਪਣੇ ਹੱਥਾਂ ਪੈਰਾਂ 'ਤੇ ਜਾਂ ਬੋਡੀ ਦਾ ਕੋਈ ਵੀ ਪਾਰਟ ਹੈ ਨਾ ਲੂਜ਼ ਹੋ ਜਾਂਦਾ ਹੈਗਾ ਕਿਸੇ ਵੀ ਤਰੀਕੇ ਦੇ ਨਾਲ, ਹੈ ਨਾ ਹੋ ਜਾਂਦਾ ਹੈਗਾ। ਤਾਂ ਉਹਦੇ ਵਾਸਤੇ ਇੱਕ ਛੋਟਾ ਜਿਹਾ ਨੁਸਖਾ ਮੈਂ ਤੁਹਾਨੂੰ ਦੱਸਣ ਲੱਗੀ ਹਾਂ, ਉਹਨੂੰ ਯੂਜ਼ ਕਰਨਾ। ਤਾਂ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਉਹ ਕਿੱਦਾਂ ਦਾ ਲੱਗਿਆ, ਆਓ ਤੁਹਾਨੂੰ ਦਿਖਾਉਂਦੇ ਹਾਂ। ਹਾਂਜੀ, ਉਹਦੇ ਵਾਸਤੇ ਆਪਾਂ ਨੇ ਲਿੱਤਾ ਹੈਗਾ ਆਪਣਾ ਇੱਕ ਔਲਾ ਹੁੰਦਾ ਨਾ, ਔਲੇ ਦਾ ਬੂਟਾ, ਇਹ ਉਹਦੀ ਡਾਹਣੀ ਹੈਗੀ। ਤੁਸੀਂ ਵੱਡੀ ਵੀ ਲੈ ਸਕਦੇ ਹੋ, ਛੋਟੀ ਵੀ ਲੈ ਸਕਦੇ ਹੋ। ਅਤੇ ਇੱਕ ਬੋਟਲ ਦੇ ਵਿੱਚ ਪਾਣੀ ਪਾ ਲੈਣਾ, ਅਗਰ ਤੁਹਾਡੇ ਕੋਲ ਡਾਹਣੀ ਵੱਡੀ ਹੈਗੀ ਤਾਂ ਤੁਸੀਂ 2 ਲੀਟਰ ਵਾਲੀ ਬੋਟਲ ਦੇ ਵਿੱਚ ਪਾਣੀ ਪਾ ਲੈਣਾ, ਅਗਰ ਛੋਟੀ ਹੈ ਤਾਂ ਤੁਸੀਂ 1 ਲੀਟਰ ਵਾਲੀ ਬੋਟਲ ਦੇ ਵਿੱਚ ਪਾਣੀ ਪਾ ਲੈਣਾ। ਦੇਖੋ ਵੈਸੇ ਤਾਂ ਮੈਂ ਇਹ ਕੱਲ੍ਹ ਬਣਾਉਣਾ ਸੀਗਾ, ਪਰ ਹੈ ਨਾ ਸੁੱਕ ਗਈ ਥੋੜ੍ਹੀ ਜਿਹੀ ਡਾਹਣੀ, ਤੁਸੀਂ ਗਿੱਲੀ ਗਿੱਲੀ ਲੈਣੀ ਹੈ। ਤਾਂ ਇਸ ਨੂੰ ਨਾ ਪਾਣੀ ਦੇ ਵਿੱਚ ਇਸ ਤਰੀਕੇ ਨਾਲ ਪਾ ਦੇਣਾ ਹੈਗਾ। ਜਿਹੜੇ ਪੱਤੇ ਨੇ ਉਹ ਵੀ ਹੈ ਨਾ, ਡਾਣੇ ਵੀ ਸਾਰਾ ਕੁਝ ਵਿੱਚ ਪਾ ਦੇਣਾ, ਕਿਉਂਕਿ ਮੇਰੀ ਕੱਲ੍ਹ ਦੀ ਤੋੜੀ ਪਈ ਹੈ ਤਾਂ ਕਰਕੇ ਥੋੜ੍ਹੀ ਜਿਹੀ ਸੁੱਕ ਗਈ ਇਹ। ਤੁਸੀਂ ਨਾ ਐਟ ਏ ਟਾਈਮ ਹੀ ਲਿਆ ਕੇ ਇਹਨੂੰ ਪਾਣੀ ਦੇ ਵਿੱਚ ਪਾ ਦੇਣਾ, ਢੱਕਣ ਬੰਦ ਕਰਕੇ ਕਮ ਸੇ ਕਮ ਇਹਨੂੰ 48 ਘੰਟੇ ਰੱਖਣੇ। ਉਸ ਤੋਂ ਬਾਅਦ ਪਾਣੀ ਨੂੰ ਪੁਣ ਲੈਣਾ ਅਤੇ ਪਾਣੀ ਨੂੰ ਡੇਲੀ ਹੈ ਨਾ ਤੁਸੀਂ ਅਗਰ ਫੇਸ ਤੁਹਾਡੇ ਫੇਸ ਦੇ ਵਾਸਤੇ ਤੁਸੀਂ ਯੂਜ਼ ਕਰਨਾ ਤਾਂ ਫੇਸ ਨੂੰ ਧੋਣਾ, ਅਗਰ ਕਿਸੇ ਹੋਰ ਉਸ ਬੋਡੀ ਪਾਰਟ ਦੇ ਤੁਸੀਂ ਹੈ ਨਾ ਜਿੱਦਾਂ ਕਿ ਲੂਜ਼ ਹੋਇਆ ਹੈ ਉਹਨੂੰ ਤੁਸੀਂ ਟਾਈਟ ਕਰਨਾ ਤਾਂ ਉਹਦੇ ਵਾਸਤੇ ਤੁਸੀਂ ਯੂਜ਼ ਕਰਨੇ। ਬਹੁਤ ਹੀ ਕਾਰਗਰ ਨੁਸਖਾ, ਤਾਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ। ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ, ਤੱਕ ਲਈ ਸਤਿ ਸ਼੍ਰੀ ਅਕਾਲ।